ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾੜੀ ਕੰਬੋਕੇ ਵਿੱਚ ਪਹੁੰਚੇ ਹਾਂ ਔਰ ਦੱਸ ਦਈਏ ਕਿ ਮਾੜੀ ਕੰਬੋਕੇ ਪਿੰਡ ਜਿਹੜਾ ਸਰਹੱਦ ਨਾਲ ਜੁੜਿਆ ਹੋਇਆ ਪਿੰਡ ਹੈ, ਇੱਥੇ ਇੱਕ ਹੈਰਾਨੀਜਨਕ ਜਿਹੜਾ ਮਾਮਲਾ ਸਾਹਮਣੇ ਆਉਂਦਾ ਹੈ ਔਰ ਇਹ ਘਰ ਪਹਿਲਾਂ ਤੁਹਾਨੂੰ ਪਰਿਵਾਰ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ। ਇਹ ਪਰਿਵਾਰ ਹੈ ਔਰ ਇਹਨਾਂ ਨਾਲ ਸੰਸਥਾਵਾਂ ਜਿਹੜੀਆਂ ਨੇ ਅੱਜ ਆ ਕੇ ਇੱਥੇ ਖੜੀਆਂ ਹੋਈਆਂ ਨੇ। ਮਾਮਲਾ ਇਹ ਸੀ ਕਿ ਇਹਨਾਂ ਦਾ ਕਹਿਣਾ ਹੈ ਪਰਿਵਾਰ ਦਾ ਕਿ ਇੱਕ ਸਤਿਕਾਰ ਕਮੇਟੀ ਦੇ ਆਗੂ ਵੱਲੋਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਘਰ 'ਚ ਨਹੀਂ ਲਿਆਉਣ ਦਿੱਤਾ ਜਾਂਦਾ। 8 ਤਰੀਕ ਨੂੰ ਇਹਨਾਂ ਦੀ 31 ਤਰੀਕ ਨੂੰ ਇਹਨਾਂ ਦੀ ਮਾਤਾ ਜੀ ਦੀ ਡੈਥ ਹੁੰਦੀ ਹੈ ਔਰ 8 ਤਰੀਕ ਨੂੰ ਭੋਗ ਪੈਣੇ ਸੀ। ਉਹ ਘਰ ਦੇ ਵਿੱਚ ਪੂਰੀ ਤਿਆਰੀ ਹੋਈ ਸੀ, ਉਹਨਾਂ ਨੂੰ ਪੁੱਛ ਲੈਣੇ ਕੀ ਕਾਰਨ ਹੋਇਆ ਜਿਹੜਾ ਇਹ ਸਾਰੀਆਂ ਚੀਜ਼ਾਂ ਰੋਕੀਆਂ ਗਈਆਂ। ਹਾਂਜੀ ਹਾਂਜੀ, ਇਹ ਕਾਰਨ ਹੋਇਆ ਜੀ, ਇਹ ਭਾਈ ਰਣਜੀਤ ਸਿੰਘ ਜੋ ਸਤਿਕਾਰ ਕਮੇਟੀ ਦਾ ਆਗੂ ਦੱਸਦਾ ਹੈ, ਇਹਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਇਨਕਾਰ ਕਰ ਦਿੱਤਾ ਜੀ। ਅਸੀਂ ਪੁੱਛਿਆ ਇਹਦਾ ਕਾਰਨ ਕੀ ਹੈ ਜੀ, ਇਹ ਕਹਿੰਦਾ ਤੁਹਾਡੇ ਘਰ ਫੋਟੋਆਂ ਲੱਗੀਆਂ ਜੀ। ਜੋ ਫੋਟੋਆਂ ਨਾ ਹੋਣ ਕਾਰਨ ਵੀ ਉੱਥੋਂ ਸਾਫ ਸਫਾਈ ਕੀਤੀ ਗਈ ਹੈ, ਫਿਰ ਵੀ ਇਹਨੇ ਆਣ ਕੇ ਸਾਡੇ ਪਾਠੀ ਸਾਹਿਬ ਨੂੰ ਦਬਕਾਇਆ ਤੇ ਉਹਨੂੰ ਕਿਹਾ ਤੇ ਪੁਲਿਸ ਕਾਰਵਾਈ ਕੀਤੀ ਜਾਊਗੀ, ਤੇ ਇਹਨੇ ਦਬਕਾ ਕੇ ਉਹਨੂੰ ਖੰਡਪਾਠ ਸਾਹਿਬ ਨਹੀਂ ਕਰਾਉਣ ਦਿੱਤਾ ਜੀ। ਨਹੀਂ, ਇਹ ਜਿਹੜੀਆਂ ਫੋਟੋਆਂ ਸੀ ਉਹ ਕਿਹੜੀਆਂ ਦੀਆਂ ਫੋਟੋਆਂ ਲੱਗੀਆਂ ਸੀ ਔਰ ਕਿਸ ਨੂੰ ਲੈ ਕੇ, ਜਾਂ ਕੋਈ ਪੁਰਾਣੀ ਰੰਜਿਸ਼ ਤੇ ਨਹੀਂ ਸੀ ਇਹਦੇ ਨਾਲ? ਨਹੀਂ ਜੀ, ਪੁਰਾਣੀ ਕੋਈ ਨਹੀਂ, ਸ਼ਿਵਜੀ ਮਹਾਰਾਜ ਦੀਆਂ ਤੇ ਹਨੂੰਮਾਨ ਜੀ ਦੀਆਂ ਫੋਟੋਆਂ ਸੀ, ਉਹ ਵੀ ਚੁੱਕ ਦਿੱਤੀਆਂ ਗਈਆਂ, ਸਾਫ ਸੁਥਰਾ ਜਗ੍ਹਾ, ਕਿਸੇ ਗੱਲ ਦਾ ਵਿਘਨ ਨਾ ਪੈ ਸਕੇ। ਇਸ ਕਰਕੇ ਇਹ ਤੋਂ ਇਹੀ ਪੁੱਛਿਆ ਸੀ ਕਿ ਸਾਨੂੰ ਆਣ ਕੇ ਕੋਈ ਦੱਸ ਸਾਡਾ ਕੀ ਗੁਨਾਹ ਹੈ, ਸਾਨੂੰ ਕਿਉਂ ਵਿਚਰਦਾ, ਇਸ ਚੀਜ਼ ਨੂੰ ਕਿਉਂ ਵਿਚਰ ਰਿਹਾ? ਕਿਹੜੀ ਪਾਰਟੀ ਦਾ ਤੁਹਾਨੂੰ ਆਗੂ ਦੱਸਿਆ? ਇਹਨੇ ਸਤਿਕਾਰ ਕਮੇਟੀ ਦਾ ਆਗੂ ਦੱਸਿਆ ਜੀ, ਰਣਜੀਤ ਸਿੰਘ ਜੀ। ਇਹਨੂੰ ਖੰਡਪਾਠ ਸਾਹਿਬ ਕਰਾਉਣ ਤੋਂ ਇਨਕਾਰ ਕਰ ਦਿੱਤਾ, ਸਾਫ ਹੀ ਕਰਾ ਦਿੱਤਾ ਵੀ ਜੇਕਰ ਕੋਈ ਕੀਤਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਪਰਿਵਾਰ ਨਾਲ ਵੀ ਕੁੱਟਮਾਰ ਕੀਤੀ ਜਾਊਗੀ, ਤੇ ਦਬਕਾਇਆ। ਇਸ ਕਰਕੇ ਖੰਡਪਾਠ ਸਾਹਿਬ ਨਹੀਂ ਹੋਇਆ। ਅਸੀਂ ਇਹਨੂੰ ਪੁੱਛਿਆ ਵੀ ਕਿਉਂ ਨੀ ਕਰ ਰਿਹਾ, ਇਹੀ ਗੱਲ ਕਰਦੇ ਤੋਂ ਮੰਗ ਕਰਦੇ ਵੀ ਸਾਨੂੰ ਆਣ ਕੇ ਇਨਸਾਫ਼ ਤੇ ਦਿੰਦਾ, ਇਨਸਾਫ਼ ਮੰਗਦੇ ਆ ਜੀ। ਨਹੀਂ, ਤੁਸੀਂ ਇਹਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਇਸ ਦੀ? ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ, ਕੋਈ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਤੋਂ, ਭਾਈ ਸਾਹਿਬ ਜੀ ਉਹਨਾਂ ਤੋਂ, ਇਹ ਸਾਰੀ ਮੀਡੀਆ ਆਏ ਆ ਭਰਾ ਜੀ, ਇਹਨਾਂ ਤੋਂ ਮੰਗ ਕਰਦੇ ਆ ਕਿ ਸਾਨੂੰ ਇਹਨਾਂ ਤੋਂ ਜੋ ਇਹਨਾਂ ਨਾਲ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਾਨੂੰ ਇਨਸਾਫ਼ ਦਵਾਇਆ ਜਾਵੇ। ਤੇ ਜਿਹੜੇ ਮਾਤਾ ਜੀ ਸੀ ਉਹਨਾਂ ਦਾ ਫਿਰ ਭੋਗ ਪਾਇਆ ਗਿਆ? ਨਹੀਂ ਜੀ, ਭੋਗ ਨਹੀਂ ਇਹਨੇ ਪਾਉਣ ਦਿੱਤਾ ਜੀ, ਇਹਨੇ ਪਾਠ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਆਉਣ ਦਿੱਤਾ, ਫਿਰ ਪਾਠ ਨਹੀਂ ਕੀਤਾ ਗਿਆ ਜੀ। ਬਿਲਕੁਲ ਦੱਸ ਦਈਏ ਕਿ ਇਹ ਤਸਵੀਰਾਂ ਨੇ ਮਾਤਾ ਜੀ ਦੀਆਂ, ਜਿਹੜਾ ਕਿ ਦੀਪੋ ਕੌਰ ਨਾਮ ਦੇ ਮਾਤਾ ਜੀ ਸੀ ਔਰ 31 ਤਰੀਕ ਨੂੰ ਐਕਸਪਾਇਰ ਹੋਏ ਨੇ ਔਰ 8 ਤਰੀਕ ਨੂੰ ਇਹਨਾਂ ਦੇ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਭੋਗ ਪਾਉਣਾ ਸੀ ਔਰ ਹੁਣ ਹੋਰ ਵੀ ਸਾਡੇ ਨਾਲ ਸੰਸਥਾਵਾਂ ਪਹੁੰਚੀਆਂ ਨੇ। ਕੀ ਸਾਰਾ ਮਾਮਲਾ ਸੀ ਭਾਜੀ, ਕੀ ਤੁਹਾਨੂੰ ਨੌਲੇਜ 'ਚ ਆਇਆ ਹੈ? ਦੇਖੋ ਜੀ, ਕੁਛ ਦਿਨ ਪਹਿਲਾਂ ਦੀ ਗੱਲ ਹੈ, ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਅੱਗ ਵਾਂਗੂ ਵਾਇਰਲ ਹੋ ਰਹੀ ਸੀ ਜੋ ਕਿ ਇਸੇ ਪਿੰਡ ਮਾੜੀ ਕੰਬੋਕੇ, ਇਹ ਸਾਡਾ ਲਾਡੀ ਵੀਰ ਹੈ ਜਿਨ੍ਹਾਂ ਦੀ ਮਾਤਾ ਜੀ ਦਾ ਦੇਹਾਂਤ ਕੁਛ ਦਿਨ ਪਹਿਲਾਂ ਹੋ ਗਿਆ। ਇਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋਣ ਉਪਰੰਤ ਜੋ ਸੰਸਕਾਰ ਹੈ ਉਹ ਸਿੱਖ ਰੀਤੀ ਰਵਾਇਤਾਂ ਅਨੁਸਾਰ ਕੀਤਾ ਜਾਂਦਾ ਹੈ। ਜਦੋਂ ਸੰਸਕਾਰ ਸਿੱਖ ਰੀਤੀ ਰਵਾਇਤਾਂ ਅਨੁਸਾਰ ਕੀਤਾ ਜਾਂਦਾ ਹੈ ਤਾਂ ਸੁਭਾਵਿਕ ਤੌਰ ਦੀ ਗੱਲ ਹੈ ਕਿ ਪਰਿਵਾਰ ਸਿੱਖ ਪੰਥ ਨੂੰ ਮੰਨਦਾ। ਸਿੱਖ ਹੋਣ ਦੇ ਨਾਤੇ ਇਹਨਾਂ ਨੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸੀ ਜੋ ਗੁਰੂ ਪਾਤਸ਼ਾਹ ਦਾ ਸਰੂਪ ਸੀ ਉਹ ਘਰ 'ਚ ਪ੍ਰਕਾਸ਼ ਕਰਾਉਣਾ ਸੀ ਤੇ ਇਸ ਗੱਲ ਦਾ ਵਿਰੋਧ ਅਖੌਤੀ ਜੋ ਭਾਈ ਰਣਜੀਤ ਸਿੰਘ ਉਦੋਕੇ ਨਾਮ ਤੋਂ ਜੋ ਆਪਣੇ ਆਪ ਨੂੰ ਦੱਸਦਾ ਕਿ ਮੈਂ ਸਤਿਕਾਰ ਕਮੇਟੀ ਦਾ ਨੁਮਾਇੰਦਾ ਹੈ, ਉਹਦੇ ਵੱਲੋਂ ਇਸ ਗੱਲ ਤੇ ਡਟ ਕੇ ਵਿਰੋਧ ਕੀਤਾ ਗਿਆ ਕਿ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਘਰ 'ਚ ਪ੍ਰਕਾਸ਼ ਕਰਾਓਗੇ ਤੇ ਮੈਂ ਤੁਹਾਡਾ ਤੁਹਾਡੇ ਪਰਿਵਾਰ ਦਾ ਤੇ ਗ੍ਰੰਥੀ ਸਿੰਘ ਦਾ ਸੋਧਾ ਲਾਵਾਂਗਾ। ਤੇ ਫਿਰ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਔਰ ਤੁਸੀਂ ਪਹਿਲਾਂ ਵੀ ਇਹ ਘਟਨਾਵਾਂ ਤੇ ਜਾਂਦੇ ਰਹੇ ਔਰ ਬਾਅਦ 'ਚ ਤੁਸੀਂ ਭੋਗ ਵੀ ਪਾਉਂਦੇ ਰਹੇ? ਦੇਖੋ ਜੀ, ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਇਹ ਘਟਨਾ ਬਾਰ ਬਾਰ ਸਾਡੇ ਮਜ਼ਹਬੀ ਸਿੱਖ ਸਮਾਜ, ਵਾਲਮੀਕੀ ਸਮਾਜ, ਸ਼ੈਡਿਊਲ ਕਾਸਟ ਸਮਾਜ ਨਾਲ ਹੀ ਕਿਉਂ ਹੋ ਰਹੀ ਹੈ? ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ
ਕਿ ਹਮੇਸ਼ਾ ਸ਼ਡਿਊਲ ਕਾਸਟ ਸਮਾਜ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਮੈਂ 2020 ਦੇ ਵਿੱਚ ਪਿੰਡ ਬੋੜੇਵਾਲ ਕੰਘ ਹਲਕਾ ਮਜੀਠੇ ਦੀ ਗੱਲ ਦੱਸਣੀ ਚਾਹੁੰਦਾ ਕਿ ਉੱਥੋਂ ਦੇ ਸਰਪੰਚ ਸਰਦਾਰ ਨਿਰਮਲ ਸਿੰਘ ਜੀ ਦੀ 20 ਸਾਲਾ ਬੇਟੀ ਕਰਨਪ੍ਰੀਤ ਕੌਰ ਦੀ ਮੌਤ ਹੋਣ ਤੇ ਵੀ ਇਸੇ ਹੀ ਸਤਿਕਾਰ ਕਮੇਟੀ ਨੇ ਉਹਦੀ ਆਤਮਿਕ ਸ਼ਾਂਤੀ ਲਈ ਆਰੰਭ ਕਰਾਏ ਜਾਣ ਵਾਲੇ ਅਖੰਡ ਪਾਠ ਸਾਹਿਬ ਦੇ ਜੋ ਪਾਠ ਸਨ ਉਹਦੇ ਵਿੱਚ ਵੀ ਵਿਘਨ ਪਾਇਆ ਸੀ। ਪਰ ਦਾਸ ਦੀ ਟੀਮ ਨੇ ਸੰਤ ਬਾਬਾ ਪੰਕਜ ਨਾਥ ਸ਼ੇਰਗਿੱਲ ਜੀ ਦੇ ਸਹਿਯੋਗ ਦੇ ਨਾਲ ਉਸ ਬੇਟੀ ਦੀ ਆਤਮਿਕ ਸ਼ਾਂਤੀ ਲਈ ਸੁਖਮਣੀ ਸਾਹਿਬ ਦੇ ਪਾਠ ਆਰੰਭ ਕਰਾਏ ਸਨ। ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਲਿਖਤੀ ਹੁਕਮ ਜਾਰੀ ਕੀਤਾ ਸੀ ਕਿ ਇਸ ਸਤਿਕਾਰ ਕਮੇਟੀ ਦੀ ਜੋ ਮਾਨਤਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰੱਦ ਕੀਤੀ ਜਾਂਦੀ ਹੈ। ਇਸ ਕਮੇਟੀ ਤੋਂ ਕੋਈ ਅਧਿਕਾਰ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਹ ਮਜ਼ਬੀ ਸਿੰਘਾਂ ਦੇ ਘਰ ਤੋਂ ਜਾਣ ਨੂੰ ਰੋਕ ਸਕਣ। ਤੇ ਫਿਰ ਕੀ ਕਾਰਨ ਲੱਗਦੇ ਨੇ ਕਿ ਜਿਹੜਾ ਦੁਬਾਰਾ ਫਿਰ ਉਹ ਕਰਨ ਲੱਗ ਪਏ ਨੇ ਇਹ ਚੀਜ਼ ਨੂੰ? ਵੇਖੋ ਜੀ, ਜਾਤ ਪਾਤ ਦੀਆਂ ਮੰਡੀਆਂ ਤੇ ਇਹਨਾਂ ਨੇ ਬਹੁਤ ਪਾਈਆਂ ਹੋਈਆਂ ਨੇ। ਮੈਂ ਇਸ ਪਰਿਵਾਰ ਮੁਤਾਬਿਕ ਇਸ ਪਿੰਡ ਦੇ ਵਿੱਚ ਹੀ 2 ਤੋਂ 3 ਕਬਰਿਸਤਾਨ ਨੇ ਜੋ ਕਿ ਸ਼ਡਿਊਲ ਕਾਸਟ ਸਮਾਜ ਦਾ ਅਲੱਗ ਕਬਰਿਸਤਾਨ ਹੈ, ਜਰਨਲ ਸਮਾਜ ਦਾ ਕਬਰਿਸਤਾਨ ਅਲੱਗ ਹੈ। ਤੇ ਮੈਂ ਤੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਕੋਈ ਕਿਤੇ ਸਰੀਰ 'ਚ ਕੱਟ ਲਾ ਕੇ ਵੇਖਿਆ ਜਾਵੇ ਤੇ ਖੂਨ ਦਾ ਰੰਗ ਲਾਲ ਹੀ ਆ, ਇੱਕ ਹੀ ਆ। ਤੇ ਸਾਡਾ ਸਾਰਿਆਂ ਦਾ ਸੱਚਾ ਘਰ ਵੀ ਉਹ ਇੱਕ ਹੀ ਆ ਜਿੱਥੇ ਜਾ ਕੇ ਸਾਨੂੰ ਅਖੀਰ ਦੇ ਵਿੱਚ ਢੋਈ ਮਿਲਣੀ ਆ। ਤੇ ਇਹ ਕਿਹੜੀਆਂ ਗੱਲਾਂ ਨੂੰ ਲੈ ਕੇ ਜਾਤ ਪਾਤ ਦੇ ਵਿਤਕਰੇ ਕਰਦੇ ਪਏ ਨੇ? ਤੇ ਜੇਕਰ ਮੈਂ ਅੱਜ ਦੀ ਗੱਲ ਕਰਾਂ, ਅੱਜ ਦੇ ਹਾਲਾਤਾਂ ਦੀ ਗੱਲ ਕਰਾਂ, ਤੇ ਮੈਂ ਇਹ ਵੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ ਕਿ ਜਦੋਂ ਦਾ ਅੰਮ੍ਰਿਤਪਾਲ ਲੋਕ ਸਭਾ ਹਲਕਾ ਖਡੂਰ ਸਾਹਿਬ ਚੋਂ ਜਿੱਤਿਆ, ਇਹਨਾਂ ਲੋਕਾਂ ਨੇ ਆਪਣੀ ਪੂਛ ਅਤਾਂ ਚੱਕੀ ਹੋਈ ਹੈ। ਇਹ ਰੱਬ ਦਾ ਖੌਫ, ਪੰਥ ਦਾ ਡਰ ਭੁੱਲ ਚੁੱਕੇ ਨੇ, ਇਹ ਪੰਥ ਦੀ ਮਾਣ ਮਰਿਆਦਾ ਭੁੱਲ ਚੁੱਕੇ ਨੇ। ਤੇ ਜਿਹੜੇ ਢੋਂਗੀ ਇਸ ਗੱਲ ਦਾ ਰੌਲਾ ਪਾਉਂਦੇ ਨੇ ਕਿ ਅੱਜ ਪੰਥ ਨੂੰ ਖਤਰਾ, ਪੰਥ ਨੂੰ ਬਾਹਰੋਂ ਕੋਈ ਖਤਰਾ ਨਹੀਂ। ਅੰਮ੍ਰਿਤਪਾਲ ਵਰਗੇ ਪੂਛ ਚੱਕੀ ਫਿਰਦੇ ਸੀ ਕਿ ਪੰਥ ਨੂੰ ਖਤਰਾ, ਪੰਥ ਨੂੰ ਕੋਈ ਖਤਰਾ ਨਹੀਂ, ਪੰਥ ਨੂੰ ਅਜਿਹਾ ਢੋਂਗੀਆਂ ਤੋਂ ਖਤਰਾ ਜੋ ਸਾਡੇ ਸ਼ਡਿਊਲ ਕਾਸਟ ਸਮਾਜ ਨੂੰ ਗੁਰੂ ਪੰਥ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਪਏ ਨੇ। ਪਿਛਲੇ ਸਮੇਂ ਦੌਰਾਨ ਜੇਕਰ ਰਵਿਦਾਸ ਭਾਈਚਾਰੇ ਨੂੰ ਉਹਨਾਂ ਨੇ ਪੰਥ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਰਵਿਦਾਸ ਭਾਈਚਾਰੇ ਨੇ ਆਪਣਾ ਗ੍ਰੰਥ ਅਲੱਗ ਤੋਂ ਤਿਆਰ ਕਰ ਲਿਆ। ਪਰ ਹੁਣ ਮਜ਼ਬੀ ਸਿੱਖ ਸਮਾਜ ਆਪਣੇ ਹੱਕਾਂ ਤੋਂ ਜਾਗਰੂਕ ਹੈ। ਮਜ਼ਬੀ ਸਿੱਖ ਸਮਾਜ ਆਪਣੀਆਂ ਸਮੁੱਚੀ ਸੰਸਥਾਵਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਹੀ ਬੇਨਤੀ ਕਰਦਾ ਕਿ ਇਹ ਉਹ ਸਮਾਜ ਹੈ ਜਿਨ੍ਹਾਂ ਦੇ ਵਾਰਸਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਂਕ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨਤਮਸਤਕ ਹੋਏ ਸਨ, ਇਹ ਉਹਨਾਂ ਦੇ ਵਾਰਿਸ ਨੇ। ਤੇ ਅੱਜ ਉਹਨਾਂ ਦੇ ਵਾਰਸਾਂ ਨਾਲ ਹੀ ਇੰਨਾ ਧੱਕਾ ਕਿਉਂ? ਇਹ ਸਵਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਪੁੱਛਣਾ ਚਾਹੁੰਦਾ। ਬਿਲਕੁਲ, ਹੁਣ ਕੰਪਲੇਂਟ ਕੀਤੀ ਗਈ ਤੁਹਾਡੇ ਵੱਲੋਂ ਪੁਲਿਸ ਨੇ? ਦੇਖੋ ਜੀ, ਇਸ ਪਰਿਵਾਰ ਨੇ, ਲਾਡੀ ਸਿੰਘ ਨੇ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ, ਪਰ ਇਨਸਾਫ ਦੀ ਕੋਈ ਕਿਰਨ ਵਿਖਦੀ ਹੋਵੇ ਤੇ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਸ ਪਰਿਵਾਰ ਤੱਕ ਸ਼ਾਇਦ ਪਹੁੰਚ ਕਰਨ ਦੀ ਨੌਬਤ ਨਾ ਆਉਂਦੀ। ਕੋਈ ਆਸ ਨਹੀਂ ਪ੍ਰਸ਼ਾਸਨ ਤੋਂ ਇਨਸਾਫ ਦੀ। ਅੱਜ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣੀ ਚਾਹੁੰਦੇ ਹਾਂ, ਜਿੱਥੇ ਸਾਡੇ ਪਵਿੱਤਰ ਸੰਵਿਧਾਨ ਨੇ ਸਾਡੇ ਭਾਰਤ ਮੁਲਕ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਹੋਏ ਨੇ, ਤੇ ਫਿਰ ਜਾਤ ਪਾਤ ਦੇ ਵਿਤਕਰੇ ਕਿਉਂ? ਸਾਡੇ ਸਮਾਜ ਨੂੰ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਲੱਗ ਕੀਤਾ ਜਾ ਰਿਹਾ? ਸਾਡੇ ਸਮਾਜ ਨੂੰ ਕਿਉਂ ਧਰਮ ਤੇ ਪੰਥ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੋਕ? ਇਹ ਲੋਕ ਕੌਣ ਨੇ? ਇਹਨਾਂ ਦੀ ਮਨਸ਼ਾ ਕੀ ਹੈ? ਇਹਨਾਂ ਦੀ ਸਾਜ਼ਿਸ਼ ਕੀ ਹੈ? ਪ੍ਰਸ਼ਾਸਨ ਨੂੰ ਇਸ ਗੱਲ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ ਤੇ ਬਣਦੀ ਠੋਸ ਕਾਰਵਾਈ ਕਰੇ ਪ੍ਰਸ਼ਾਸਨ, ਤਾਂ ਜੋ ਅਜਿਹੀ ਹਰਕਤ ਆਉਣ ਵਾਲੇ ਸਮੇਂ 'ਚ ਨਾ ਹੋ ਸਕੇ। ਆ ਬਿਲਕੁਲ, ਹੋਰ ਵੀ ਸੰਸਥਾਵਾਂ ਪਹੁੰਚੀਆਂ ਨੇ, ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਘਟਨਾ ਹੋਈ ਹੈ ਸਾਰੀ, ਕੀ ਗੱਲਬਾਤ ਹੋਈ ਵੀ ਨੇ, ਤੁਹਾਨੂੰ ਕੀ ਦੱਸਿਆ ਫਿਰ? ਜੀ, ਅਸੀਂ ਆਪਣੇ ਜਥੇਬੰਦੀ ਵੱਲੋਂ ਇਸ ਜਿਹੜੀ ਪਿੰਡ ਮਾੜੀ ਕੰਬੋ ਵਿੱਚ ਜਿਹੜੀ ਘਟਨਾ ਹੋਈ ਆ, ਬਹੁਤ ਮੰਦਭਾਗੀ ਘਟਨਾ ਹੋਈ ਆ, ਅਸੀਂ ਇਹਦੀ ਕੜੇ ਸ਼ਬਦਾਂ ਨੇ ਨਿੰਦਿਆ ਕਰਦੇ ਹਾਂ
ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਦੋਸ਼ੀਆਂ ਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਜਿਹੜੇ ਸਮਾਜ ਦੇ ਵਿੱਚ ਐਸੀ ਸਮਾਜ ਦੇ ਨਾਲ ਧੱਕਾ ਕਰ ਰਹੇ ਆ, ਜੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਦੇ ਮਾਧਿਅਮ ਰਾਹੀਂ ਸਾਡੇ ਸਮਾਜ ਨੂੰ ਜੇ ਵੋਟ ਪਾਉਣ ਦਾ ਅਧਿਕਾਰ ਆ, ਉਹ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਦਿੱਤਾ। ਸਾਰੇ ਧਰਮਾਂ ਦਾ ਸਤਿਕਾਰ ਆ ਸੰਵਿਧਾਨ ਦੇ ਵਿੱਚ, ਪਰ ਸਾਡੇ ਹੀ ਸਮਾਜ ਨਾਲ ਧੱਕੇ ਹੋ ਰਹੇ ਆ। ਪਿਛਲੇ ਸਮੇਂ ਵੀ ਜੋ ਵੀ ਇੱਥੇ ਵਿੱਚ ਘਟਨਾ ਹੋਈਆਂ, 3 ਤੋਂ 4 ਚੌਥੀ ਘਟਨਾ ਹੈ ਇਸ ਪਿੰਡ, ਪਰ ਅਸੀਂ ਅੱਜ ਇਸ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਅੱਗੇ ਤੋਂ ਅਜਿਹਾ ਨਹੀਂ ਹੋਊਗਾ, ਉਹ ਜਿਹੜਾ ਵੀ ਦੋਸ਼ੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਬਿਲਕੁਲ, ਪਿੰਡ ਵਾਸੀ ਵੀ ਨਾਲ ਮੌਜੂਦ, ਉਹਨਾਂ ਨਾਲ ਗੱਲਬਾਤ ਕਰਨੇ ਵੀ ਜੀ, ਤੁਸੀਂ ਉਦੋਂ ਇੱਥੇ ਸੀ 8 ਤਰੀਕ ਨੂੰ, ਤੇ ਕੀ ਗੱਲ ਘਟਨਾਕ੍ਰਮ ਸਾਰਾ ਵਾਪਰਿਆ ਸੀ? ਇਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਤੇ ਪਾਠ ਕਰਵਾਉਣਾ ਸੀਗਾ ਬੀਬੀ ਦੀਪੋ ਦੇ ਭੋਗ ਵਾਸਤੇ, ਤੇ ਇੱਥੋਂ ਦਾ ਇੱਕ ਸਤਿਕਾਰ ਕਮੇਟੀ ਦਾ ਰਣਜੀਤ ਸਿੰਘ ਜਥੇਦਾਰ ਆ, ਉਹ ਆਪਣੇ ਨੂੰ ਜਥੇਦਾਰ ਕਹਾਉਂਦਾ, ਮੈਂ ਤੇ ਉਹਨੂੰ ਜਥੇਦਾਰ ਮੰਨਦਾ ਨਹੀਂ ਜਿਹੜਾ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਕਰਦਾ ਹੈ। ਤੇ ਉਹਨਾਂ ਨੇ ਕਿਹਾ ਕਿ ਇਸ ਘਰ ਵਿੱਚ ਅਖੰਡ ਪਾਠ ਨਹੀਂ ਹੋਊਗਾ, ਤੇ ਇਹੀ ਇਹਨੇ ਕਾਰ ਮਾੜੀ ਹਰਕਤ ਕੀਤੀ ਸਾਡੇ ਨਾਲ, ਤੇ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਜੀ। ਬਿਲਕੁਲ, ਇਹ ਪਰਿਵਾਰ ਹੈ ਔਰ ਪਰਿਵਾਰ ਦੇ ਨਾਲ ਜਥੇਬੰਦੀਆਂ ਜਿਹੜੀਆਂ ਨੇ ਅੱਜ ਆ ਕੇ ਖੜੀਆਂ ਹੋਈਆਂ ਨੇ, ਹਾਲਾਂਕਿ ਇਨਸਾਫ਼ ਦੀ ਮੰਗ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਸਤਿਕਾਰ ਕਮੇਟੀ ਦਾ ਜਿਹੜਾ ਇੱਕ ਆਗੂ ਸੀ, ਉਸਨੇ ਆ ਕੇ ਜਿਹੜਾ 8 ਤਰੀਕ ਨੂੰ ਭੋਗ ਪੈਣ ਤੋਂ ਰੋਕ ਦਿੱਤਾ। ਹਾਲਾਂਕਿ ਪਰਿਵਾਰ ਦੇ ਨਾਲ ਪੂਰੀ ਜਿਹੜੀਆਂ ਕਹਿ ਸਕਦੇ ਹਾਂ ਕਿ ਹੋਰ ਪਰਿਵਾਰ ਜਿਹੜੇ ਬਾਹਰੋਂ ਆਉਂਦੇ ਨੇ ਭੋਗ ਵਾਲੇ ਦਿਨ, ਉਹ ਸਾਰੇ ਪਰਿਵਾਰ ਆਏ ਸੀ ਔਰ ਉਹਨਾਂ ਦੇ ਸਾਹਮਣੇ ਹੀ ਜਿਹੜਾ ਸਾਰਾ ਘਟਨਾਕ੍ਰਮ ਜਿਹੜਾ ਵਾਪਰਿਆ, ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਇਸ ਘਰ ਦੇ ਵਿੱਚ ਨਹੀਂ ਆ ਦਿੱਤਾ, ਔਰ ਇਸ ਪਰਿਵਾਰ ਨੇ ਜਿਹੜੀ ਹੈ ਇਨਸਾਫ਼ ਦੀ ਜਿਹੜੀ ਹੈ ਮੰਗ ਕੀਤੀ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।